ਖਾਲਸਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੋ ਖਾਲਸਾ ਜੀ, ਮੈਨੇ ਸੁਣਿਆ ਆਪ ਅੰਮ੍ਰਿਤਸਰ ਮੇ ਤੋ ਕੁਲਚੇ ਡਿਲੀਵਰ ਕਰਤੇ ਹੀ ਹੋ ਲੋਕਲ। ਹਾਂਜੀ। ਤੋ ਮੈਨੇ ਸੁਣਿਆ ਆਪਕੇ ਕੁਲਚੇ ਫੋਰਨ ਵੀ ਜਾਤੇ ਹੈ। ਹਾਂਜੀ, ਗੁਰੂ ਸਾਹਿਬ ਦੀ ਕਿਰਪਾ ਨਾਲ ਜਾਣ ਲੱਗ ਪਏ ਜੀ। ਅੱਜ 3-4 ਸਾਲ ਹੋ ਗਏ ਆ ਤਾਂ ਬਾਹਰ ਵੀ ਜਾਣ ਲੱਗ ਪਏ। ਪਹਿਲਾਂ ਸਾਡੇ ਅੰਮ੍ਰਿਤਸਰ ਸਪਲਾਈ ਸੀ, ਫਿਰ ਪੰਜਾਬ ਤੱਕ ਆਪਾਂ ਜਾਣਾ ਸ਼ੁਰੂ ਹੋਏ। ਪੰਜਾਬ ਤੋਂ ਬਾਹਰ ਫਿਰ ਜਿੱਥੋਂ ਤੱਕ ਟ੍ਰੇਨ ਜਾਣੀ ਸੀ ਜਾਂਦੀ ਸੀ ਅੰਮ੍ਰਿਤਸਰ ਤੋਂ, ਉੱਥੋਂ ਤੱਕ ਪਹੁੰਚਾਉਣੇ ਸ਼ੁਰੂ ਕਰਤੇ। ਫਿਰ ਜਿਹੜੇ ਕਸਟਮਰ ਸਾਡੇ ਨਾਲ ਜੁੜੇ ਸੀ ਉਹ ਬਾਹਰ ਵੀ ਕੁਲਚਾ ਜਾਣਾ ਸ਼ੁਰੂ ਹੋ ਗਿਆ। ਲੇਕਿਨ ਬਾਹਰ ਕਿਸ ਤਰ੍ਹਾਂ ਹੈ ਕਿ ਅਸੀਂ ਅੰਮ੍ਰਿਤਸਰ ਏਅਰਪੋਰਟ ਤੱਕ ਡਿਲੀਵਰ ਕਰਦੇ ਹਾਂ ਔਰ ਦਿੱਲੀ ਏਅਰਪੋਰਟ ਤੱਕ ਡਿਲੀਵਰ ਕਰਦੇ ਹਾਂ। ਅੱਗੋਂ ਗੈਸਟ ਬਾਏ ਹੈਂਡ ਕੈਬਨ ਵੇਟ 'ਚ ਹੀ ਲੈ ਕੇ ਜਾਣਗੇ, ਮਤਲਬ ਕਿ ਡਿਲੀਵਰੀ ਨਹੀਂ ਹੈਗੀ ਡੋਰ ਸਟੈਪ ਦੀ ਫੋਰਨ ਲਈ। ਠੀਕ ਹੈ ਜੀ। ਤੋ ਕੈਸੇ ਕਰਤੇ ਹੋ ਅੰਕਲ ਜੀ ਡਿਲੀਵਰੀ? ਜੈਸੇ ਮੈਨੇ ਸੁਣਿਆ ਕੁਲਚੇ ਤੋਂ 5-6 ਘੰਟੇ ਬਾਅਦ ਖਰਾਬ ਹੋ ਜਾਤੇ ਹੈ। ਹਾਂਜੀ। ਤੋ ਆਪ ਕੈਸੇ ਕਰਤੇ ਹੋ ਫਿਰ ਡਿਲੀਵਰ? ਸਾਡੇ ਕੁਲਚੇ ਦੀ ਸ਼ੈਲਫ ਲਾਈਫ ਜਿਹੜੀ ਹੈ ਨਾ ਉਹ 60 ਆਵਰਸ ਹੈ, 60 ਘੰਟੇ। ਅੱਛਾ ਜੀ। ਸਾਡੇ ਬਿਲ ਟਾਈਮ ਤੋਂ 60 ਘੰਟੇ ਸਾਡੇ ਕੁਲਚੇ ਦੀ ਗਰੰਟੀ ਹੈ। ਜਿਸ ਤਰ੍ਹਾਂ ਹੁਣ ਇਹ ਸਾਰਾ ਸੈਮੀ ਕੁੱਕ ਜਾ ਰਿਹਾ ਹੈ। ਠੀਕ ਹੈ ਜੀ। ਆਲੂ ਵਾਲੇ ਆ, ਇਹ ਸਾਡਾ ਮਿਕਸ ਵੈਜ ਵੀ ਆ, ਇਹ ਸਾਡਾ ਮਿਕਸ ਵੈਜ ਸੈਮੀ ਆ। ਠੀਕ ਹੈ, ਇੱਕ ਪਨੀਰ ਵਾਲਾ। ਜਿਸ ਤਰ੍ਹਾਂ ਕਸਟਮਰ ਦਾ ਚਾਹੇ ਉਹ ਸਾਨੂੰ ਸਾਡੀ ਵੈਬਸਾਈਟ kkwrsoi.com 'ਤੇ ਔਡਰ ਦੇ ਦੇਵੇ, ਚਾਹੇ ਸਾਡੇ ਫੋਨ ਨੰਬਰ 'ਤੇ ਦੇ ਦੇਵੇ। ਸਾਡਾ ਫੋਨ ਨੰਬਰ ਹੈਗਾ ਹੈ 8264928007। ਸਾਡਾ ਐਡਰੈਸ ਹੈਗਾ ਹੈ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ, ਅੰਦਰੂਨ ਰਾਮਗੜੀਆ ਗੇਟ, ਨਾਲ ਹੀ ਤੁਸੀਂ ਲੈਫਟ ਸਾਈਡ ਹੋਵੋਗੇ ਅਤੇ ਨਾਲ ਗੁਰਸੰਗਤ ਸਟੋਰ ਮਾਰਕੀਟ ਹੈਗੀ, ਉਹਦੇ ਅੰਦਰ ਸਾਡਾ ਰੈਸਟੋਰੈਂਟ ਹੈਗਾ। 80 ਪੈਕਸ ਦੀ ਸਾਡੀ ਸਿਟਿੰਗ ਵੀ ਹੈਗੀ ਹੈ, ਸਾਡੀ ਪੈਕਿੰਗ ਹੀ ਜਾਂਦੀ ਹੈ ਅਤੇ ਸਾਡੀ ਸੀਟਿੰਗ ਵੀ ਹੈਗੀ। ਜਦੋਂ ਵੀ ਮੈਂ ਤੁਹਾਡੇ ਥਰੂ ਮੈਂ ਤੁਹਾਨੂੰ ਪਿਆਰ ਨਾਲ ਸੱਦਾ ਦਿੰਦਾ ਵਾਂ ਕਿ ਇੱਕ ਵਾਰੀ ਆਣ ਕੇ ਤੁਸੀਂ ਸਾਡਾ ਕੁਲਚਾ ਜ਼ਰੂਰ ਖਾਓ ਅਤੇ ਦੇਖੋ ਕਿ ਇਹਨਾਂ 'ਚ ਕੀ ਐਸੀ ਸਪੈਸ਼ੈਲਿਟੀਜ਼ ਹੈਗੀਆਂ ਵਾਂ ਕਿ ਇਹਨਾਂ ਦਾ ਕੁਲਚਾ 3 ਦਿਨ ਤੱਕ ਤਾਜ਼ਾ ਵੀ ਰਹਿੰਦਾ ਹੈ। ਤੁਸੀਂ ਚਾਹੇ ਅੰਮ੍ਰਿਤਸਰ 'ਚ ਵੀ ਸੈਮੀ ਮੰਗਾ ਸਕਦੇ ਹੋ, ਔਰ ਇੱਥੇ ਡਾਈਨ 'ਤੇ ਇਹਨਾਂ ਦਾ ਕੀ ਐਸਾ ਅਲੱਗ ਸਵਾਦ ਹੈਗਾ ਹੈ ਕਿ ਜੋ ਇਹ ਮਤਲਬ ਵੀ ਇੰਨੀ ਦੂਰ ਤੱਕ ਇਹਨਾਂ ਦਾ ਕੁਲਚਾ ਜਾਣਾ ਸ਼ੁਰੂ ਹੋ ਗਿਆ। ਤੋ ਅੰਕਲ ਜੀ, ਮੈਨੇ ਇਹ ਸੁਣਾ ਥਾ ਕਿ ਕੁਲਚੇ ਤੋਂ ਹਰ ਜਗ੍ਹਾ ਹਰ ਗਲੀ ਨੁੱਕਰ ਪੇ ਮਿਲਤੇ ਅੰਮ੍ਰਿਤਸਰ ਮੇ। ਹਾਂਜੀ ਹਾਂਜੀ। ਪਰ ਆਪਕੇ ਪਾਸ ਕੁਛ ਜ਼ਿਆਦਾ ਹੀ ਸਵਾਦਿਸ਼ਟ ਮਿਲਤਾ, ਕਿਉਂਕਿ ਕਾਫੀ ਰਿਕਮੈਂਡ ਆਏ ਥੇ ਮੇਰੇ ਕੋ ਆਪਕੇ ਸ਼ੋਪ ਕੇ। ਉਹ ਇਸ ਤਰ੍ਹਾਂ ਜੀ, ਪਹਿਲੇ ਨੰਬਰ 'ਤੇ ਤਾਂ ਧੰਨਵਾਦ ਗੁਰੂ ਸਾਹਿਬ ਦਾ, ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ, ਜਿਨ੍ਹਾਂ ਨੇ ਸਾਨੂੰ ਇਹ ਬਖਸ਼ਿਸ਼ ਦਿੱਤੀ ਹੈ। ਅਤੇ ਮੈਂ ਆਪਣੇ ਵੱਡਿਆਂ ਦੇ ਜੋ ਮੈਨੂੰ ਉਹਨਾਂ ਨੇ ਝੋਲੀ ਪਾਇਆ, ਮੇਰੀ ਆਪਣੀ ਇਹਦੇ 'ਚ ਕੋਈ ਵੀ ਯੋਗਦਾਨ ਨਹੀਂ ਹੈਗਾ ਕਿ ਮੈਂ ਸਭ ਕੁਝ ਬਣਾਇਆ ਵਾਂ। ਮੇਰੇ ਜੋ ਪਿਤਾ ਜੀ ਨੇ ਦਿੱਤਾ ਮੈਂ ਉਹਨੂੰ ਹੀ ਅੱਗੇ ਲੈ ਕੇ ਚੱਲ ਰਿਹਾ ਵਾਂ। ਅਤੇ ਮੇਰਾ ਮਕਸਦ ਹੈ ਕਿ ਮੈਂ ਤੁਹਾਨੂੰ ਉਹ ਚੀਜ਼ ਖਵਾਵਾਂ ਜਿਹੜੀ ਕਿ ਤੁਹਾਨੂੰ ਪਾਚਨ 'ਚ ਵੀ ਰਹੇ ਔਰ ਸੋਹਣੀ ਵੀ ਲੱਗੇ ਔਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ, ਸਾਫ਼ ਸੁਥਰਾ ਖਾਣਾ ਤੁਹਾਡੇ ਤੱਕ ਪਹੁੰਚ ਪਾਵੇ। ਠੀਕ ਹੈ ਜੀ। ਤੋ ਖਾਲਸਾ ਜੀ, ਇਹ ਕੁਲਚੇ ਕਹਾਂ ਪਰ ਜਾ ਰਹੇ ਜੋ ਆਪਣੇ ਅਭੀ ਪੈਕਿੰਗ? ਇਹ ਪੈਕਿੰਗ ਜਾ ਰਹੀ ਹੈ ਜੀ, ਇਹ ਮੇਰੇ ਖਿਆਲ ਇੰਡੀਆ ਦੀ ਪੈਕਿੰਗ ਹੈ, ਆਂਧਰਾ ਦੀ ਪੈਕਿੰਗ ਹੈਗੀ ਹੈ। ਠੀਕ ਹੈ ਜੀ। ਆਂਧਰਾ ਪ੍ਰਦੇਸ਼? ਆਂਧਰਾ ਪ੍ਰਦੇਸ਼ ਦੀ ਬਾਏ ਫਲਾਈਟ ਕਸਟਮਰ ਨੇ ਲੈ ਕੇ ਜਾਣੀ ਹੈ। ਠੀਕ ਹੈ ਜੀ। ਇਹ ਟੇਕਵੇ ਹੈਗਾ ਵਾ। ਠੀਕ। ਔਰ ਬਾਕੀ ਜਿਸ ਤਰ੍ਹਾਂ ਕੋਈ ਆਈ ਜਾਂਦਾ ਵਾ ਫੋਰਨ ਦਾ ਜਾਂ ਇੰਡੀਆ ਦਾ, ਡਿਲੀਵਰੀ ਕਿਸ ਤਰ੍ਹਾਂ? ਅੰਮ੍ਰਿਤਸਰ ਅਸੀਂ ਡੋਰ ਸਟੈਪ 'ਚ ਦਿੰਦੇ ਹਾਂ। ਅੰਮ੍ਰਿਤਸਰ ਤੋਂ ਬਾਹਰ ਜਿੱਥੋਂ ਤੱਕ ਬੱਸ ਜਾਂਦੀ ਆ ਉੱਥੋਂ ਤੱਕ ਕੁਲਚਾ ਚਲੇ ਜਾਂਦਾ ਵਾ, ਔਰ ਅੰਮ੍ਰਿਤਸਰ ਤੋਂ ਚੱਲ ਕੇ ਜਿੱਥੋਂ ਤੱਕ ਟ੍ਰੇਨ ਚਲੇ ਜਾਂਦੀ ਆ ਉੱਥੋਂ ਤੱਕ ਕੁਲਚਾ ਜਾ ਰਿਹਾ ਹੈ। ਬਾਏ ਫਲਾਈਟ ਤੁਹਾਨੂੰ ਆਪਣੇ ਬਾਏ ਹੈਂਡ ਹੀ ਲੈਣਾ ਜਾਣਾ ਪਏਗਾ। ਤੋ ਜੋ ਚਨੇ ਹੋਤੇ ਹੈ ਵੋ ਵੀ ਸੈਮੀ ਕੁੱਕ ਹੋਤੇ ਹੈ? ਮੈਂ ਹੁਣ ਤੁਹਾਨੂੰ ਤੁਸੀਂ ਮੈਂ ਤੁਹਾਨੂੰ ਦਿਖਾਉਣਾ ਜੀ ਕਿ ਸਾਡੀ ਸੈਮੀ ਕੁੱਕ ਦੀ ਪੈਕਿੰਗ ਜਿਹੜੀ ਕੁਲਚੇ 'ਤੇ ਤੁਹਾਨੂੰ ਦਿਖਾ ਤੇ, ਸੈਮੀ ਕੁੱਕ ਹੈ ਕੱਚਾ ਰਹੇਗਾ ਖਾਣ ਵਾਸਤੇ, ਔਰ ਉਹ ਵੀ ਤੁਹਾਨੂੰ ਦਿਖਾਵਾਂਗੇ। ਲੇਕਿਨ ਇਹਦੀ ਮੈਂ ਪੈਕਿੰਗ ਤੁਹਾਨੂੰ ਇੱਕ ਵਾਰੀ ਫਲੈਪ ਕਰਕੇ ਫਿਰ ਤੁਹਾਨੂੰ ਦੱਸਦਾ ਜੀ। ਠੀਕ ਹੈ ਜੀ। ਠੀਕ ਹੈ, ਦੋਵੇਂ ਮੈਂ ਪੈਕਿੰਗ ਦੱਸਣ ਲੱਗਾ ਜਿਹੜੀ ਆਪਾਂ ਸੈਮੀ ਕੁੱਕ ਦੀ ਪੈਕਿੰਗ ਕੀਤੀ ਸੀ ਉਹ ਸੇਫਲੀ ਕਿੱਦਾਂ ਜਾਂਦੀ। ਤੁਹਾਡਾ ਸਵਾਲ ਹੈਗਾ ਸੀ ਕਿ 2-4-6 ਘੰਟੇ ਬਾਅਦ ਕਿਸ ਤਰ੍ਹਾਂ ਦੀ ਕਵਰੇਜ ਰਹੇਗੀ, ਉਹਨੂੰ ਅਸੀਂ ਇਸ ਤਰ੍ਹਾਂ ਦਾ ਐਗਜੀਕਿਊਟ ਕਰ ਦਿੱਤਾ ਹੈ ਕਿ ਇਹ 20-30 ਘੰਟੇ ਜਿਹੜੀ ਹੈ ਜੈੱਲ ਆਈਸ ਹੈ ਨਾ ਉਹ ਖੁਰਦੀ ਨਹੀਂ ਆ। ਜਦੋਂ ਤੁਹਾਡੇ ਕੋਲ ਇਹ ਬਾਕਸ ਪਹੁੰਚੇ, ਅਨਬਾਕਸ ਕਰਕੇ ਤੁਸੀਂ ਸਮਾਨ ਬਣਾ ਕੇ ਖਾ ਵੀ ਸਕਦੇ ਹੋ ਅਤੇ ਉਹਨੂੰ ਸੇਫਲੀ ਫਰਿੱਜ ਦੇ ਵਿੱਚ ਵੀ ਰੱਖ ਸਕਦੇ ਹੋ ਇਸ ਤੋਂ ਬਾਹਰ ਕੱਢ ਕੇ। ਠੀਕ ਹੈ। ਆ ਸਾਡੇ ਜਿੰਨੇ ਕੁਲਚੇ 7 ਕੁਲਚਿਆਂ ਦੇ ਨਾਲ ਇਹ ਸਾਡੇ ਛੋਲੇ ਆ,
ਅਤੇ ਪਲੱਸ ਨਾਲ ਅਸੀਂ ਇਹਦੇ ਨਾਲ ਪਾਣੀ ਵੀ ਲਿਖ ਦਿੱਤਾ ਕਿ ਤੁਸੀਂ ਪਾਣੀ ਕਿੱਦਾਂ ਯੂਜ਼ ਕਰਨਾ। ਔਰ ਇਹ ਛੋਲੇ ਵੀ ਵਿਦਆਊਟ ਪ੍ਰੈਜ਼ਰੇਟਿਵ ਹੈਗੇ ਆ, ਕੁੱਕਰੀ ਨੇ, ਇਹਦੇ ਵਿੱਚ ਕੁਛ ਨਹੀਂ, ਸਿਰਫ ਬੋਇਲਡ ਛੋਲੇ ਹੈਗੇ ਆ। ਇਸ ਵੀਡੀਓ ਦੇ ਵਿੱਚ ਤੁਹਾਨੂੰ ਸਕੈਨਰ ਦੇ ਦਾਂਗੇ ਕਿੱਦਾਂ ਤੁਸੀਂ ਇਹਨੂੰ ਮਤਲਬ ਵੀ ਲੈ ਕੇ ਚੱਲਣਾ। ਇਹ ਸਾਡੀ ਜੈਲ ਆਈਸ ਲੱਗ ਜਾਂਦੀ ਆ, ਇਹ ਆ ਗਈ ਸਭ ਤੋਂ ਪਹਿਲੇ ਜੈਲ ਆਈਸ, ਪੂਰੀ ਕੁਆਂਟਿਟੀ ਲਿਖੀ ਹੋਈ ਹੈ ਕਿ ਕਿਤਨਾ ਵਾਟਰ ਡਾਲਣਾ। ਹਾਂ, ਸਭ ਕੁਝ ਇਹ ਹੈਗਾ ਵਾ ਸੈਲਡ ਮਿਕਸਚਰ, ਤੁਹਾਨੂੰ ਇੱਕ ਕੋਲੀ 'ਚ ਸਲਾਦ ਪਾ ਕੇ ਦਿਓ। ਇਹਦੇ 'ਚ ਸਿਰਫ ਚਟਨੀ ਹੈ, ਜਦੋਂ ਤੁਹਾਡੇ ਕੋਲ ਪਹੁੰਚੇਗਾ ਉਦੋਂ ਵੀਡੀਓ ਦਿੱਤੀ ਹੋਈ ਹੈ, ਸਲਾਦ ਤੁਸੀਂ ਆਪਣੇ ਘਰੋਂ ਹੀ ਪਾਉਣਾ ਵਾ, ਪਿਆਜ਼, ਟਮਾਟਰ, ਚਿਕੰਦਰ, ਖੀਰਾ, ਸਪਰਿੰਗ ਅਨੀਅਨ, ਜੋ ਵੀ ਤੁਹਾਡਾ ਦਿਲ ਕਰਦਾ ਇਹ 'ਚ ਮਿਕਸ ਕਰਨਾ। ਔਰ ਇਹ ਬਹੁਤ ਟਾਈਟ ਹੈ, ਜਿੰਨੀ ਇਹ ਚਟਨੀ ਹੈਗੀ ਇੰਨਾ ਹੀ ਪਾਣੀ ਪਾ ਲੈਣਾ ਤੁਸੀਂ, ਨਮਕ ਮਿਰਚ ਨਹੀਂ ਪਾਉਣਾ ਇਹਦੇ 'ਚ ਪਾਇਆ, ਵੀਡੀਓ 'ਚ ਵੀ ਦੱਸਿਆ ਹੋਇਆ ਤੁਹਾਨੂੰ, ਠੀਕ ਹੈ। ਇਹ ਜਿਸ ਤਰ੍ਹਾਂ ਸਾਡੀ ਤੁਸੀਂ ਇਹ ਚਟਨੀ ਦੇਖੀ ਸਾਡੀ, ਉਸ ਤਰ੍ਹਾਂ ਫਿਰ ਇਹ ਚਟਨੀ ਜੋ ਤੁਸੀਂ ਇਹਦੇ ਵਿੱਚ ਮਿਕਸ ਕਰੋਗੇ ਉਹ ਇਸ ਤਰ੍ਹਾਂ ਦੀ ਚਟਨੀ ਬਣ ਜਾਏਗੀ। ਔਰ ਇਹ ਸਾਡਾ ਚਨਾ ਮਸਾਲਾ ਹੈ, ਜਿੰਨੇ ਤੁਹਾਨੂੰ ਕੁਲਚੇ ਦਿੱਤੇ ਗਏ ਨਾ, ਜਿੰਨਾ ਤੁਹਾਡਾ ਆਰਡਰ ਆਏਗਾ ਉਸ ਮੁਤਾਬਿਕ ਅਸੀਂ ਮਸਾਲਾ ਦੇ ਦਿੰਦੇ ਹਾਂ, ਉਹ ਮਸਾਲਾ ਸਾਰੇ ਦਾ ਸਾਰਾ ਉਹ ਛੋਲਿਆਂ ਲਈ ਯੂਜ਼ ਹੋਏਗਾ। ਠੀਕ ਹੈ ਜੀ, ਮਤਲਬ ਗਰਸੇ ਅੰਕਲ ਜੀ ਕੁਛ ਨਹੀਂ ਲਗਾਉਣਾ ਪਵੇਗਾ, ਸਭ ਕੁਛ ਆਪ ਹੀ ਦੇਵੋਗੇ? ਬਿਲਕੁਲ ਬਿਲਕੁਲ, ਤੁਸੀਂ ਸਾਨੂੰ ਕੀ ਚਾਹੀਦਾ, ਤੁਹਾਡੀ ਕਿਚਨ ਦੇ ਵਿੱਚ ਇੱਕ ਨੋਨ ਸਟਿਕ ਪੈਨ ਚਾਹੀਦਾ ਵਾ, ਹਾਂਜੀ, ਠੀਕ ਹੈ, ਇੱਕ ਨੋਨ ਸਟਿਕ ਤਵਾ ਚਾਹੀਦਾ, ਦੇਸੀ ਘਿਓ ਚਾਹੀਦਾ, ਨਮਕ ਮਿਰਚ ਚਾਹੀਦਾ ਹੈ, ਬਸ ਤੁਸੀਂ ਕੁਲਚਾ ਅਤੇ ਛੋਲੇ ਤਿਆਰ ਕਰ ਲਓਗੇ ਬੜੇ ਈਜ਼ੀ ਵੇ ਦੇ ਵਿੱਚ। ਠੀਕ ਹੈ, ਇਹ ਸਾਡੀ ਜਿਹੜੀ ਪੈਕਿੰਗ ਹੋਈ ਪੂਰੀ ਸੀਲਡ ਪੈਕਿੰਗ ਹੋ ਗਈ, ਇਹਦੇ ਵਿੱਚ ਕੁਲਚੇ ਜਿਹੜੇ ਆ ਹਲਕੇ ਜਿਹੇ ਫਰੋਜ਼ਨ ਕਰਕੇ ਅਸੀਂ ਪੈਕ ਕੀਤੇ ਹੋਏ ਆ, ਜਿਹੜੇ ਤੁਹਾਨੂੰ ਪਹਿਲਾਂ ਦਿਖਾਏ ਸੀ ਪੈਕਿੰਗ ਕਰਦੇ ਹਾਂ, ਠੀਕ ਹੈ। ਇਹ ਸਾਡਾ ਚਨਾ ਮਸਾਲਾ ਹੀ ਪੈ ਗਿਆ, ਠੀਕ ਹੈ, ਇਹ ਆ ਗਈ ਜੈਲ ਆਈਸ। ਔਰ ਇਹ ਨਾ ਇੱਕ ਪੈਕਟ ਹੈਗਾ ਵਾ, ਇਹਦੀ ਨਾ ਸ਼ੈਲਫ ਲਾਈਫ ਲਈ ਕਿਸੇ ਤਰ੍ਹਾਂ ਦਾ ਕੋਈ ਇਹਨੂੰ ਕੋਈ ਸਮੈਲਿੰਗ ਸਮੈਲ ਨਾ ਆ ਸਕੇ, ਠੀਕ, ਸਪੋਇਲਿੰਗ ਨਾ ਹੋ ਸਕੇ, ਇਹ ਵਰਤਣ ਲਈ ਨਹੀਂ ਜੇ ਹੈਗਾ, ਇਹ ਐਜ਼ ਇਟਸ ਤੁਸੀਂ ਬਾਹਰ ਕੱਢ ਕੇ ਇਹਨੂੰ ਵੇਸਟ ਕਰ ਦੇਣਾ ਤੁਸੀਂ, ਠੀਕ ਹੈ, ਠੀਕ ਹੈ। ਇਹ ਸਾਡੀ ਪੈਕਿੰਗ ਇਸ ਤਰ੍ਹਾਂ ਸਾਰੀ ਹੋ ਗਈ, ਹੁਣ ਤੁਹਾਨੂੰ 2 ਮਿੰਟ 'ਚ ਦੂਜੀ ਪੈਕਿੰਗ, ਅਸੀਂ ਪੈਕਿੰਗ ਰੈਪ ਕਿੱਦਾਂ ਕਰਦੇ ਹਾਂ ਔਰ ਗਿਫਟ ਹੈਂਪਰ ਕਿੱਦਾਂ ਬਣਾਉਂਦੇ ਹਾਂ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ, 2 ਮਿੰਟ ਲੱਗਣ ਕਿੱਦਾਂ ਦਾ। ਆਓ ਜੀ, ਹੁਣ ਇਹ ਦੇਖੋ, ਇਹ ਸਾਡੀ ਨਾ ਜਿਹੜੀ ਤੁਹਾਨੂੰ ਪੈਕਿੰਗ ਦਿਖਾਈ ਸੀ ਇਸ ਤਰ੍ਹਾਂ ਰੈਪ ਹੋ ਕੇ ਸਾਰੀ ਪੈਕਿੰਗ ਹੋ ਗਈ ਹੈ। ਇਹ ਸਾਡਾ ਇੱਕ ਸਕੈਨਰ ਕਾਰਡ ਜਾਏਗਾ ਜਿੱਥੇ ਤੁਸੀਂ ਸਕੈਨ ਕਰਕੇ 4 ਮਿੰਟ ਦੀ ਯੂਟਿਊਬ 'ਤੇ ਵੀਡੀਓ ਹੈਗੀ ਆ, ਕੁਲਚੇ ਕਿੱਦਾਂ ਤਿਆਰ ਕਰਨੇ ਆ, ਛੋਲੇ ਕਿੱਦਾਂ ਤਿਆਰ ਕਰਨੇ ਆ, 15-20 ਮਿੰਟ ਦੇ ਵਿੱਚ ਸਭ ਕੁਝ ਤਿਆਰ ਹੋ ਜਾਣਾ ਵਾ। ਤੁਸੀਂ ਜਿਸ ਤਰ੍ਹਾਂ ਸਵਾਦ ਸਾਡੇ ਰੈਸਟੋਰੈਂਟ ਦੇ ਵਿੱਚ ਖਾ ਕੇ ਲਿਆ ਆ, ਉਸ ਤਰ੍ਹਾਂ ਹੀ ਤੁਸੀਂ ਆਪਣੇ ਘਰ ਅੱਜ ਕੱਲ੍ਹ ਪਰਸੋਂ ਮਤਲਬ ਵੀ 2-3 ਦਿਨ ਤੁਸੀਂ ਪੂਰਾ ਇੰਜੋਏ ਕਰ ਸਕਦੇ ਹੋ। ਜਦੋਂ ਮੰਨ ਲਓ ਅੱਜ ਤੁਹਾਡੇ ਕੋਲ ਕੁਲਚੇ ਗਏ ਨੇ, ਅਗਰ ਤੁਹਾਡੇ ਕੋਲ ਕੁਲਚੇ ਬਚ ਗਏ ਨੇ ਤਾਂ ਤੁਸੀਂ ਕੀ ਕਰਨਾ, ਜਿਹੜੇ ਛੋਲੇ ਬਚੇ ਉਹਨੂੰ ਫਰਿੱਜ 'ਚ ਰੱਖ ਲੈਣਾ ਵਾ, ਜਿਹੜੇ ਕੁਲਚੇ ਬਚੇ ਆ ਉਹ ਫਰਿੱਜ ਦਾ ਜਿਹੜਾ ਵੈਜ ਬਾਕਸ ਹੁੰਦਾ ਸਭ ਤੋਂ ਨੀਚੇ ਵਾਲਾ ਉਹਦੇ ਵਿੱਚ ਫੋਇਲ ਕਰਕੇ ਰੱਖ ਲਿਓ, ਉਸ ਤੋਂ ਬਾਅਦ ਕੱਲ੍ਹ ਖਾਣੇ, ਪਰਸੋਂ ਖਾਣੇ, 4 ਦਿਨ ਬਾਅਦ ਵੀ ਖਾਣੇ ਆ, ਤਾਂ 1-1.5 ਘੰਟਾ ਪਹਿਲਾਂ ਉਹਨੂੰ ਨੋਰਮਲ ਟੈਂਪਰੇਚਰ 'ਚ ਲਿਆ ਕੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਕੁਲਚਾ ਬਣਾਇਆ ਸੀ ਉਸ ਤਰ੍ਹਾਂ ਹੀ ਉਹ ਕੁਲਚੇ ਦਾ ਸਵਾਦ ਲੈ ਸਕਦੇ। ਛੋਲੇ ਇੰਨੇ ਦਿਨ ਹੀ ਨਿਕਲਣਗੇ, ਕੁਲਚੇ ਜਿੰਨੇ ਦਿਨ ਮਰਜ਼ੀ ਤੁਸੀਂ ਕੱਢ ਲਓ। ਤੋ ਇਹ ਦੇਖੋ ਗਾਈਸ, ਯਹਾਂ ਪਰ ਬੜੀਆ ਸੇ ਅੰਮ੍ਰਿਤਸਰੀ ਕੁਲਚੇ ਲੱਗ ਰਹੇ ਹੈ। ਤੋ ਇਹ ਚੈੱਕ ਕਰੋ ਗਾਈਸ, ਯਹਾਂ ਪਰ ਭਾਜੀ ਕੀ ਸਪੀਡ ਚੈੱਕ ਕਰੋ, ਯਹਾਂ ਸੇ ਕੁਲਚਾ ਲਿਆ, ਯੇ ਗਿਆ ਤੰਦੂਰ ਕੇ ਅੰਦਰ, ਮੈਨੇ ਕੋਈ ਵੀਡੀਓ ਕੀ ਸਪੀਡ ਨਹੀਂ ਇਨਕਰੀਜ਼ ਕੀ ਹੈ ਐਡੀਟਿੰਗ ਮੇਂ। ਯੇ ਦੇਖੋ, ਯੇ ਭਾਜੀ ਕੇ ਹੱਥੋਂ ਕਈ ਕਮਾਲ ਹੈ, ਯੇ ਦੇਖੋ ਸਪੀਡ ਦੇਖਣਾ ਭਾਜੀ ਕੀ, ਭਾਜੀ ਆਪਕੀ ਸਪੀਡ ਤੋਂ ਬੁਲੇਟ ਟ੍ਰੇਨ ਸੇ ਵੀ ਫਾਸਟ ਹੈ। ਕਿਆ ਖਾ ਕੇ ਆਤੇ ਹੋ ਸੁਬਹ? ਭਾਜੀ ਕਹਿ ਰਹੇ ਕਿ ਕੁਲਚੇ ਹੀ ਖਾ ਕੇ ਆਤੇ ਹੈ ਸੁਬਹ, ਤੋ ਹਮ ਵੀ ਇਨਕੇ ਕੁਲਚੇ ਖਾ ਕੇ ਭਾਜੀ ਇਤਨੇ ਫਾਸਟ ਹੋ ਜਾਏਂਗੇ। ਠੀਕ ਹੈ ਜੀ, ਤੋ ਇਹ ਗਿਆ ਆਖਰੀ ਕੁਲਚਾ ਤੰਦੂਰ। ਸਤਿ ਸ਼੍ਰੀ ਅਕਾਲ ਜੀ, ਹੁਣ ਤੁਸੀਂ ਦੇਖਿਆ ਸੀ ਪਹਿਲਾਂ ਸਾਰੀ ਤੁਹਾਨੂੰ ਸੈਮੀ ਪੈਕਿੰਗ ਵੀ ਦਿਖਾ ਦਿੱਤੀ, ਜਿਹੜਾ ਤੁਹਾਨੂੰ ਕੁਲਚਾ ਡਾਈਨ ਕਰਾਉਂਦੇ ਹਾਂ ਉਹ ਵੀ ਤੁਹਾਨੂੰ ਦਿਖਾ ਦਿੱਤਾ।
ਅਤੇ ਮੈਂ ਕਈ ਲੋਕ ਕਿਸੇ ਵੇਲੇ ਕੀ ਹੈ ਕਿ ਕਈ ਵੀਡੀਓ ਦੇ ਵਿੱਚ ਕਮੈਂਟ ਕਰਦੇ ਨੇ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ, ਇਜ਼ ਇਟ ਪੋਸੀਬਲ, ਹਾਊ ਇਜ਼ ਇਟ ਪੋਸੀਬਲ। ਮੈਂ ਤੁਹਾਨੂੰ ਇਹ ਕਹਿੰਦਾ ਕਿ ਇੱਕ ਵਾਰੀ ਤੁਸੀਂ ਖਾਣਾ ਮੰਗਵਾਓ, ਅਸੀਂ ਜੋ ਬੋਲਦੇ ਹਾਂ ਉਹਨੂੰ ਇੱਕ ਵਾਰੀ ਚੈੱਕ ਕਰੋ, ਉਸ ਤੋਂ ਬਾਅਦ ਸਾਨੂੰ ਰਿਵਿਊ ਦਿਓ। ਇਹ ਜਿਹੜਾ ਖਾਣਾ ਹੈ ਇਹ ਕੂਲ ਪੁਆਇੰਟ 'ਚ ਹੀ ਰਹੇਗਾ, ਸਨ ਲਾਈਟ 'ਚ ਨਹੀਂ ਜਾਏਗਾ। ਅਸੀਂ ਸਿਰਫ ਏਸੀ 'ਚ ਹੀ ਭੇਜਦੇ ਹਾਂ, ਔਰ ਤੁਸੀਂ ਵੀ ਅਗਰ ਬਾਏ ਹੈਂਡ ਲੈ ਕੇ ਜਾਓ ਤਾਂ ਏਸੀ 'ਚ ਲੈ ਕੇ ਜਾਓ। ਕਮੈਂਟ ਕਰਨ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਟ੍ਰਾਇਲ ਜ਼ਰੂਰ ਕਰਿਓ ਕਿ ਇਹ ਕੀ ਬੋਲਦੇ ਨੇ, ਕਿ ਗੱਲਾਂ ਹੀ ਕਰਦੇ ਨੇ। ਤੁਸੀਂ ਸਾਨੂੰ ਇੱਕ ਵਾਰੀ ਚੈੱਕ ਕਰੋ। ਸਾਡਾ ਜਿਹੜਾ ਟਾਈਮ ਹੈਗਾ ਵਾ ਔਨਲਾਈਨ ਦੇ ਉੱਤੇ, ਸਵੇਰੇ 7:30 ਵਜੇ ਤੋਂ ਲੈ ਕੇ 4 ਵਜੇ ਤੱਕ ਹੈਗਾ ਹੈ, ਔਰ ਰੈਸਟੋਰੈਂਟ ਟਾਈਮਿੰਗ ਵੀ 7:30 ਤੋਂ ਲੈ ਕੇ 4 ਵਜੇ ਤੱਕ ਹੈਗੀ ਹੈ। ਮੈਂ ਤੁਹਾਨੂੰ ਫਿਰ ਇੱਕ ਵਾਰੀ ਬੜੇ ਪਿਆਰ ਨਾਲ ਸੱਦਾ ਦਿੰਦਾ ਵਾਂ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ, ਇਨਸਾਈਡ ਰਾਮਗੜੀਆ ਗੇਟ, ਅੰਦਰੂਨ ਸਰਕਲ ਰੋਡ ਦੇ ਉੱਤੇ ਗੁਰਸੰਗਤ ਸਟੋਰ ਮਾਰਕੀਟ ਹੈਗੀ ਹੈ, ਓਪੋਜਿਟ ਸਾਈਕਲ ਸਟੈਂਡ। ਅਤੇ ਇਹ ਸਾਡਾ ਰੈਸਟੋਰੈਂਟ ਹੈਗਾ ਵਾ, ਇਹਦੇ ਲਈ ਫਸਟ ਔਰ ਸੈਕਿੰਡ ਫਲੋਰ 'ਚ 80 ਦੀ ਸੀਟਿੰਗ ਹੈਗੀ ਹੈ, ਔਰ ਆ ਕੇ ਤੁਸੀਂ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ। ਔਰ ਮੈਂ ਇਹ ਵੀ ਚਾਹਾਂਗਾ ਕਿ ਅਗਰ ਤੁਹਾਡੇ ਕੋਲ ਸਾਡੇ ਲੈ ਕੇ ਕੋਈ ਸਲਾਹ ਹੈ, ਤੁਸੀਂ ਕੋਈ ਸਾਡਾ ਫੂਡ ਖਾਂਦੇ ਹੋ, ਸਾਨੂੰ ਕੋਈ ਸਲਾਹ ਦਿਓ, ਤਾਂ ਮੈਂ ਉਹਨੂੰ ਵੀ ਐਪਰੀਸ਼ੀਏਟ ਕਰਕੇ ਉਹਨੂੰ ਇੰਪਲੀਮੈਂਟ 'ਚ ਲਿਆਵਾਂਗਾ। ਧੰਨਵਾਦ ਜੀ, ਥੈਂਕ ਯੂ ਖਾਲਸਾ। ਤੋ ਇਹ ਆ ਚੁੱਕਿਆ ਗਾਈਸ ਆਪਣਾ ਕੁਲਚਾ, ਕੁਲਚੇ ਕੀ ਕ੍ਰਿਸਪੀਨੈਸ ਚੈੱਕ ਕਰੋ, ਮੱਖਣ ਚੈੱਕ ਕਰੋ, ਉੱਪਰ ਪਿਘਲ ਰਿਹਾ ਇੱਕਦਮ ਬੜੀਆ। ਕਰਤੇ ਹਾਂ ਅਭੀ ਇਸਕੀ ਟੇਸਟਿੰਗ, ਆਪਕੋ ਵੀ ਬਤਾਤੇ ਹੈ। तो चलो गाइस करते हैं कुलचे की टेस्टिंग, कुलचे की क्रिस्पीनेस चेक करो एक बार। माइक ने क्या पता जस्टिफाई किया हो, क्योंकि इतना क्रिस्पी कुलचा है, मक्खन से ओवरलोड है। अपनी बाइट बढ़िया सी, ये चेक करो। अगर मैं आपको इसकी फिलिंग दिखाना चाहूँ, ये चेक करो, अंदर कोनों कोनों तक फिलिंग है, ये चेक करो, ओवरलोड है। करते हैं इसकी टेस्टिंग। ये आ गए अमृतसरी छोले, चटनी में करके बढ़िया से डिप। कुलचा अमृतसर की हर गली नुक्कर पे मिल जाता है, पर मैंने आज तक इससे बढ़िया कुलचा कभी नहीं खाया है, क्योंकि इसमें वेजिस ओवरलोड है। ये आपको थोड़ा नज़दीक से दिखाना चाहूँगा, ये चेक करो, हर कोने कोने पे वेजिस है, हर प्रकार की वेजिस है। कुलचे की क्रिस्पीनेस मक्खन से ओवरलोड है, इससे बढ़िया कुलचा नहीं खाया मैंने कभी, क्योंकि ये कुलचे बाहर तक भी जाते हैं, क्योंकि वहाँ के लोगों को पसंद है। अगर वीडियो पसंद आई हो वीडियो को कर दो लाइक, चैनल को कर दो सब्सक्राइब। थैंक यू।